ਪੜਨਾ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਵੀਰ ਸਿੰਘ ਖੁੱਡੀਆ ਨੇ ਖੁੱਡੀਆ ਸਾਹਿਬ ਨਵੇਂ ਗਵਰਨਰ ਸਾਹਿਬ ਨੇ ਹੁਣ ਜ਼ਿੰਮੇਵਾਰੀ ਸੰਭਾਲ ਲਈ ਹੈ। ਮੈਂ ਜੀ ਆਇਆਂ ਕਹਿੰਦਾ, ਹਾਰਦਿਕ ਸਵਾਗਤ ਹੈ ਸਾਡੇ ਮਾਣਯੋਗ ਗਵਰਨਰ ਪੰਜਾਬ ਜਿਹੜੇ ਬਣ ਕੇ ਆਏ ਸ਼੍ਰੀ ਗੁਲਾਬ ਚੰਦ ਜੀ ਕਟਾਰੀਆ। ਔਰ ਬਹੁਤ ਵੱਡੀਆਂ ਆਸਾਂ ਉਮੀਦਾਂ ਨੇ ਕਿ ਪੰਜਾਬ ਦੀ ਤਰੱਕੀ ਲਈ ਆਪਣੀ ਸੰਵਿਧਾਨਕ ਸ਼ਕਤੀ ਰਾਹੀਂ ਵੱਡਾ ਯੋਗਦਾਨ। ਪਹਿਲਾਂ ਕਿਤੇ ਨਾ ਕਿਤੇ ਜਿਹੜੇ ਪਹਿਲਾਂ ਵਾਲੇ ਗਵਰਨਰ ਸੀ, ਕਈ ਤਰ੍ਹਾਂ ਦੀ ਤਲਖੀ ਵਾਲਾ ਮਾਹੌਲ ਸਾਹਮਣੇ ਆਉਂਦਾ ਰਿਹਾ, ਤਾਂ ਕੀ ਆਸ ਕਰਦੇ ਹੋ ਕਿ ਗਵਰਨਰ ਬਦਲਣ ਦੇ ਨਾਲ ਹਾਲਾਤ ਬਦਲਣਗੇ? ਜ਼ਰੂਰ ਉਮੀਦ ਰੱਖੀ ਜਾਂਦੀ ਹੈ, ਕਿਉਂਕਿ ਸੁਲਝੇ ਹੋਏ ਇਨਸਾਨ ਨੇ, ਸਾਡੇ ਗੁਆਂਢੀ ਨੇ ਰਾਜਸਥਾਨ ਦੇ, ਜ਼ਰੂਰ ਪੰਜਾਬ ਲਈ ਚੰਗਾ ਸੋਚਣ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਵੀਰ ਸਿੰਘ ਖੁੱਡੀਆ ਨੇ ਖੁੱਡੀਆ ਸਾਹਿਬ ਨਵੇਂ ਗਵਰਨਰ ਸਾਹਿਬ ਨੇ ਹੁਣ ਜ਼ਿੰਮੇਵਾਰੀ ਸੰਭਾਲ ਲਈ ਹੈ। ਮੈਂ ਜੀ ਆਇਆਂ ਕਹਿੰਦਾ, ਹਾਰਦਿਕ ਸਵਾਗਤ ਹੈ ਸਾਡੇ ਮਾਣਯੋਗ ਗਵਰਨਰ ਪੰਜਾਬ ਜਿਹੜੇ ਬਣ ਕੇ ਆਏ ਸ਼੍ਰੀ ਗੁਲਾਬ ਚੰਦ ਜੀ ਕਟਾਰੀਆ। ਔਰ ਬਹੁਤ ਵੱਡੀਆਂ ਆਸਾਂ ਉਮੀਦਾਂ ਨੇ ਕਿ ਪੰਜਾਬ ਦੀ ਤਰੱਕੀ ਲਈ ਆਪਣੀ ਸੰਵਿਧਾਨਕ ਸ਼ਕਤੀ ਰਾਹੀਂ ਵੱਡਾ ਯੋਗਦਾਨ। ਪਹਿਲਾਂ ਕਿਤੇ ਨਾ ਕਿਤੇ ਜਿਹੜੇ ਪਹਿਲਾਂ ਵਾਲੇ ਗਵਰਨਰ ਸੀ, ਕਈ ਤਰ੍ਹਾਂ ਦੀ ਤਲਖੀ ਵਾਲਾ ਮਾਹੌਲ ਸਾਹਮਣੇ ਆਉਂਦਾ ਰਿਹਾ, ਤਾਂ ਕੀ ਆਸ ਕਰਦੇ ਹੋ ਕਿ ਗਵਰਨਰ ਬਦਲਣ ਦੇ ਨਾਲ ਹਾਲਾਤ ਬਦਲਣਗੇ? ਜ਼ਰੂਰ ਉਮੀਦ ਰੱਖੀ ਜਾਂਦੀ ਹੈ, ਕਿਉਂਕਿ ਸੁਲਝੇ ਹੋਏ ਇਨਸਾਨ ਨੇ, ਸਾਡੇ ਗੁਆਂਢੀ ਨੇ ਰਾਜਸਥਾਨ ਦੇ, ਜ਼ਰੂਰ ਪੰਜਾਬ ਲਈ ਚੰਗਾ ਸੋਚਣ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਵੀਰ ਸਿੰਘ ਖੁੱਡੀਆ ਨੇ ਖੁੱਡੀਆ ਸਾਹਿਬ ਨਵੇਂ ਗਵਰਨਰ ਸਾਹਿਬ ਨੇ ਹੁਣ ਜ਼ਿੰਮੇਵਾਰੀ ਸੰਭਾਲ ਲਈ ਹੈ। ਮੈਂ ਜੀ ਆਇਆਂ ਕਹਿੰਦਾ, ਹਾਰਦਿਕ ਸਵਾਗਤ ਹੈ ਸਾਡੇ ਮਾਣਯੋਗ ਗਵਰਨਰ ਪੰਜਾਬ ਜਿਹੜੇ ਬਣ ਕੇ ਆਏ ਸ਼੍ਰੀ ਗੁਲਾਬ ਚੰਦ ਜੀ ਕਟਾਰੀਆ। ਔਰ ਬਹੁਤ ਵੱਡੀਆਂ ਆਸਾਂ ਉਮੀਦਾਂ ਨੇ ਕਿ ਪੰਜਾਬ ਦੀ ਤਰੱਕੀ ਲਈ ਆਪਣੀ ਸੰਵਿਧਾਨਕ ਸ਼ਕਤੀ ਰਾਹੀਂ ਵੱਡਾ ਯੋਗਦਾਨ। ਪਹਿਲਾਂ ਕਿਤੇ ਨਾ ਕਿਤੇ ਜਿਹੜੇ ਪਹਿਲਾਂ ਵਾਲੇ ਗਵਰਨਰ ਸੀ, ਕਈ ਤਰ੍ਹਾਂ ਦੀ ਤਲਖੀ ਵਾਲਾ ਮਾਹੌਲ ਸਾਹਮਣੇ ਆਉਂਦਾ ਰਿਹਾ, ਤਾਂ ਕੀ ਆਸ ਕਰਦੇ ਹੋ ਕਿ ਗਵਰਨਰ ਬਦਲਣ ਦੇ ਨਾਲ ਹਾਲਾਤ ਬਦਲਣਗੇ? ਜ਼ਰੂਰ ਉਮੀਦ ਰੱਖੀ ਜਾਂਦੀ ਹੈ, ਕਿਉਂਕਿ ਸੁਲਝੇ ਹੋਏ ਇਨਸਾਨ ਨੇ, ਸਾਡੇ ਗੁਆਂਢੀ ਨੇ ਰਾਜਸਥਾਨ ਦੇ, ਜ਼ਰੂਰ ਪੰਜਾਬ ਲਈ ਚੰਗਾ ਸੋਚਣ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਵੀਰ ਸਿੰਘ ਖੁੱਡੀਆ ਨੇ ਖੁੱਡੀਆ ਸਾਹਿਬ ਨਵੇਂ ਗਵਰਨਰ ਸਾਹਿਬ ਨੇ ਹੁਣ ਜ਼ਿੰਮੇਵਾਰੀ ਸੰਭਾਲ ਲਈ ਹੈ। ਮੈਂ ਜੀ ਆਇਆਂ ਕਹਿੰਦਾ, ਹਾਰਦਿਕ ਸਵਾਗਤ ਹੈ ਸਾਡੇ ਮਾਣਯੋਗ ਗਵਰਨਰ ਪੰਜਾਬ ਜਿਹੜੇ ਬਣ ਕੇ ਆਏ ਸ਼੍ਰੀ ਗੁਲਾਬ ਚੰਦ ਜੀ ਕਟਾਰੀਆ। ਔਰ ਬਹੁਤ ਵੱਡੀਆਂ ਆਸਾਂ ਉਮੀਦਾਂ ਨੇ ਕਿ ਪੰਜਾਬ ਦੀ ਤਰੱਕੀ ਲਈ ਆਪਣੀ ਸੰਵਿਧਾਨਕ ਸ਼ਕਤੀ ਰਾਹੀਂ ਵੱਡਾ ਯੋਗਦਾਨ। ਪਹਿਲਾਂ ਕਿਤੇ ਨਾ ਕਿਤੇ ਜਿਹੜੇ ਪਹਿਲਾਂ ਵਾਲੇ ਗਵਰਨਰ ਸੀ, ਕਈ ਤਰ੍ਹਾਂ ਦੀ ਤਲਖੀ ਵਾਲਾ ਮਾਹੌਲ ਸਾਹਮਣੇ ਆਉਂਦਾ ਰਿਹਾ, ਤਾਂ ਕੀ ਆਸ ਕਰਦੇ ਹੋ ਕਿ ਗਵਰਨਰ ਬਦਲਣ ਦੇ ਨਾਲ ਹਾਲਾਤ ਬਦਲਣਗੇ? ਜ਼ਰੂਰ ਉਮੀਦ ਰੱਖੀ ਜਾਂਦੀ ਹੈ, ਕਿਉਂਕਿ ਸੁਲਝੇ ਹੋਏ ਇਨਸਾਨ ਨੇ, ਸਾਡੇ ਗੁਆਂਢੀ ਨੇ ਰਾਜਸਥਾਨ ਦੇ, ਜ਼ਰੂਰ ਪੰਜਾਬ ਲਈ ਚੰਗਾ ਸੋਚਣ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਵੀਰ ਸਿੰਘ ਖੁੱਡੀਆ ਨੇ ਖੁੱਡੀਆ ਸਾਹਿਬ ਨਵੇਂ ਗਵਰਨਰ ਸਾਹਿਬ ਨੇ ਹੁਣ ਜ਼ਿੰਮੇਵਾਰੀ ਸੰਭਾਲ ਲਈ ਹੈ। ਮੈਂ ਜੀ ਆਇਆਂ ਕਹਿੰਦਾ, ਹਾਰਦਿਕ ਸਵਾਗਤ ਹੈ ਸਾਡੇ ਮਾਣਯੋਗ ਗਵਰਨਰ ਪੰਜਾਬ ਜਿਹੜੇ ਬਣ ਕੇ ਆਏ ਸ਼੍ਰੀ ਗੁਲਾਬ ਚੰਦ ਜੀ ਕਟਾਰੀਆ। ਔਰ ਬਹੁਤ ਵੱਡੀਆਂ ਆਸਾਂ ਉਮੀਦਾਂ ਨੇ ਕਿ ਪੰਜਾਬ ਦੀ ਤਰੱਕੀ ਲਈ ਆਪਣੀ ਸੰਵਿਧਾਨਕ ਸ਼ਕਤੀ ਰਾਹੀਂ ਵੱਡਾ ਯੋਗਦਾਨ। ਪਹਿਲਾਂ ਕਿਤੇ ਨਾ ਕਿਤੇ ਜਿਹੜੇ ਪਹਿਲਾਂ ਵਾਲੇ ਗਵਰਨਰ ਸੀ, ਕਈ ਤਰ੍ਹਾਂ ਦੀ ਤਲਖੀ ਵਾਲਾ ਮਾਹੌਲ ਸਾਹਮਣੇ ਆਉਂਦਾ ਰਿਹਾ, ਤਾਂ ਕੀ ਆਸ ਕਰਦੇ ਹੋ ਕਿ ਗਵਰਨਰ ਬਦਲਣ ਦੇ ਨਾਲ ਹਾਲਾਤ ਬਦਲਣਗੇ? ਜ਼ਰੂਰ ਉਮੀਦ ਰੱਖੀ ਜਾਂਦੀ ਹੈ, ਕਿਉਂਕਿ ਸੁਲਝੇ ਹੋਏ ਇਨਸਾਨ ਨੇ, ਸਾਡੇ ਗੁਆਂਢੀ ਨੇ ਰਾਜਸਥਾਨ ਦੇ, ਜ਼ਰੂਰ ਪੰਜਾਬ ਲਈ ਚੰਗਾ ਸੋਚਣ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਵੀਰ ਸਿੰਘ ਖੁੱਡੀਆ ਨੇ ਖੁੱਡੀਆ ਸਾਹਿਬ ਨਵੇਂ ਗਵਰਨਰ ਸਾਹਿਬ ਨੇ ਹੁਣ ਜ਼ਿੰਮੇਵਾਰੀ ਸੰਭਾਲ ਲਈ ਹੈ। ਮੈਂ ਜੀ ਆਇਆਂ ਕਹਿੰਦਾ, ਹਾਰਦਿਕ ਸਵਾਗਤ ਹੈ ਸਾਡੇ ਮਾਣਯੋਗ ਗਵਰਨਰ ਪੰਜਾਬ ਜਿਹੜੇ ਬਣ ਕੇ ਆਏ ਸ਼੍ਰੀ ਗੁਲਾਬ ਚੰਦ ਜੀ ਕਟਾਰੀਆ। ਔਰ ਬਹੁਤ ਵੱਡੀਆਂ ਆਸਾਂ ਉਮੀਦਾਂ ਨੇ ਕਿ ਪੰਜਾਬ ਦੀ ਤਰੱਕੀ ਲਈ ਆਪਣੀ ਸੰਵਿਧਾਨਕ ਸ਼ਕਤੀ ਰਾਹੀਂ ਵੱਡਾ ਯੋਗਦਾਨ। ਪਹਿਲਾਂ ਕਿਤੇ ਨਾ ਕਿਤੇ ਜਿਹੜੇ ਪਹਿਲਾਂ ਵਾਲੇ ਗਵਰਨਰ ਸੀ, ਕਈ ਤਰ੍ਹਾਂ ਦੀ ਤਲਖੀ ਵਾਲਾ ਮਾਹੌਲ ਸਾਹਮਣੇ ਆਉਂਦਾ ਰਿਹਾ, ਤਾਂ ਕੀ ਆਸ ਕਰਦੇ ਹੋ ਕਿ ਗਵਰਨਰ ਬਦਲਣ ਦੇ ਨਾਲ ਹਾਲਾਤ ਬਦਲਣਗੇ? ਜ਼ਰੂਰ ਉਮੀਦ ਰੱਖੀ ਜਾਂਦੀ ਹੈ, ਕਿਉਂਕਿ ਸੁਲਝੇ ਹੋਏ ਇਨਸਾਨ ਨੇ, ਸਾਡੇ ਗੁਆਂਢੀ ਨੇ ਰਾਜਸਥਾਨ ਦੇ, ਜ਼ਰੂਰ
ਪੰਜਾਬ ਲਈ ਚੰਗਾ ਸੋਚਣ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ, ਖੁੱਡੀਆਂ ਸਾਹਿਬ ਨਵੇਂ ਗਵਰਨਰ ਸਾਹਿਬ ਨੇ ਹੁਣ ਜ਼ਿੰਮੇਵਾਰੀ ਸੰਭਾਲ ਲਈ ਹੈ। ਮੈਂ ਜੀ ਆਇਆਂ ਕਹਿੰਦਾ, ਹਾਰਦਿਕ ਸਵਾਗਤ ਹੈ ਸਾਡੇ ਮਾਣਯੋਗ ਗਵਰਨਰ ਪੰਜਾਬ ਜਿਹੜੇ ਬਣ ਕੇ ਆਏ ਸ਼੍ਰੀ ਗੁਲਾਬ ਚੰਦ ਜੀ ਕਟਾਰੀਆ। ਔਰ ਬਹੁਤ ਵੱਡੀਆਂ ਆਸਾਂ ਉਮੀਦਾਂ ਨੇ ਕਿ ਪੰਜਾਬ ਦੀ ਤਰੱਕੀ ਲਈ ਆਪਣੀ ਸੰਵਿਧਾਨਕ ਸ਼ਕਤੀ ਰਾਹੀਂ ਵੱਡਾ ਯੋਗਦਾਨ। ਪਹਿਲਾਂ ਕਿਤੇ ਨਾ ਕਿਤੇ ਜਿਹੜੇ ਪਹਿਲਾਂ ਵਾਲੇ ਗਵਰਨਰ ਸੀ, ਕਈ ਤਰ੍ਹਾਂ ਦੀ ਤਲਖੀ ਵਾਲਾ ਮਾਹੌਲ ਸਾਹਮਣੇ ਆਉਂਦਾ ਰਿਹਾ, ਤਾਂ ਕੀ ਆਸ ਕਰਦੇ ਹੋ ਕਿ ਗਵਰਨਰ ਬਦਲਣ ਦੇ ਨਾਲ ਹਾਲਾਤ ਬਦਲਣਗੇ? ਜ਼ਰੂਰ ਉਮੀਦ ਰੱਖੀ ਜਾਂਦੀ ਹੈ, ਕਿਉਂਕਿ ਸੁਲਝੇ ਹੋਏ ਇਨਸਾਨ ਨੇ, ਸਾਡੇ ਗੁਆਂਢੀ ਨੇ ਰਾਜਸਥਾਨ ਦੇ, ਜ਼ਰੂਰ ਪੰਜਾਬ ਲਈ ਚੰਗਾ ਸੋਚਣ।